ਤੌਂਸਾ ਪਾਣੀਨਾ ਲਿੰਕ ਨਾਲ ਬੰਦ ਕਿਉਂ ਕੀਤੀ ਗਈ? ਚਸ਼ਮਾ ਜ਼ਿਲ੍ਹਾ ਲਿੰਕ ਨਾਲ ਬੰਦ ਕਰਵਾਉਣ ਦੀਆਂ ਕੋਸ਼ਿਸ਼ਾਂ ਕਿਉਂ ਕੀਤੀਆਂ ਜਾ ਰਹੀਆਂ ਨੇ? ਪੰਜਾਬ ਦੇ ਕਿਸਾਨਾਂ ਉੱਤੇ ਹੋਣ ਵਾਲੇ ਇਸ ਜ਼ੁਲਮ ਦੇ ਖਿਲਾਫ ਪੰਜਾਬੀ ਕਿਉਂ ਚੁੱਪ ਨੇ? ਤਫਸੀਲ ਵਿੱਚ ਜਾਣ ਤੋਂ ਪਹਿਲਾਂ ਤੁਸੀਂ ਮਾਂ ਬੋਲੀ ਦੇ ਸਭ ਤੋਂ ਵੱਡੇ ਪੰਜਾਬੀ ਮੀਡੀਆ ਨੈਟਵਰਕ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਸਾਡੀ ਹਰ ਖਬਰ ਤੁਹਾਨੂੰ ਵੇਲੇ ਸਿਰ ਮਿਲਦੀ ਰਹੇ। ਪੀਪਲਸ ਪਾਰਟੀ ਦੇ ਚੇਅਰਮੈਨ ਬਿਲਾਵਲ ਭੁੱਟੋ ਜ਼ਰਦਾਰੀ ਨੇ ਪੰਜਾਬ ਦੁਸ਼ਮਣੀ ਦਾ ਖੁੱਲ੍ਹਾ ਸਬੂਤ ਦਿੰਦਿਆਂ ਹੋਇਆਂ ਇਲਜ਼ਾਮ ਲਾਇਆ ਹੈ ਕਿ ਪੰਜਾਬ ਸਿੰਧ ਦੇ ਹਿੱਸੇ ਦਾ ਪਾਣੀ ਵੀ ਇਸਤੇਮਾਲ ਕਰ ਰਿਹਾ ਹੈ। ਇਲਜ਼ਾਮ ਲਾਉਣ ਤੋਂ ਬਾਅਦ ਉਹਨਾਂ ਨੇ ਮੁਤਾਲਬਾ ਕੀਤਾ ਕਿ ਤੌਂਸਾ ਪਾਈਨਾ ਲਿੰਕ ਨਾਲ ਬੰਦ ਕੀਤੀ ਜਾਵੇ। ਪੰਜਾਬੀਆਂ ਦੇ ਹਕੂਕ ਦੀਆਂ ਰਾਖਿਆ ਨੇ ਬਿਲਾਵਲ ਭੁੱਟੋ ਨੂੰ ਚੁੱਪ ਕਰਵਾਉਣ ਲਈ ਤੌਂਸਾ ਪਾਈਨਾ ਲਿੰਕ ਨਾਲ ਬੰਦ ਕਰ ਦਿੱਤੀ ਤੇ ਬਿਲਾਵਲ ਭੁੱਟੋ ਨੇ ਇੱਕ ਪੈਰ ਹੋਰ ਅਗਾਂਹ ਵਧਾਉਂਦਿਆਂ ਹੋਇਆਂ ਫਿਰ ਇਲਜ਼ਾਮ ਲਾਇਆ ਕਿ ਪੰਜਾਬ ਸਿੰਧ ਦਾ ਪਾਣੀ ਇਸਤੇਮਾਲ ਕਰ ਰਿਹਾ ਹੈ ਤੇ ਨਾਲ ਹੀ ਇਹ ਮੁਤਾਲਬਾ ਵੀ ਕੀਤਾ ਕਿ ਚਸ਼ਮਾ ਜ਼ਿਲ੍ਹਾ ਲਿੰਕ ਨਾਲ ਵੀ ਬੰਦ ਕੀਤੀ ਜਾਵੇ। ਇਸ ਤੋਂ ਪਹਿਲਾਂ ਕਿ ਸਾਡੇ ਪੰਜਾਬ ਦੇ ਰਾਖੇ ਫਿਰ ਅੱਖਾਂ ਬੰਦ ਕਰਕੇ ਚੇਅਰਮੈਨ ਪੀਪਲਸ ਪਾਰਟੀ ਬਿਲਾਵਲ ਭੁੱਟੋ ਜ਼ਰਦਾਰੀ ਨੂੰ ਚੁੱਪ ਕਰਵਾਉਣ ਲਈ ਇਹ ਨਹਿਰ ਵੀ ਬੰਦ ਕਰ ਦੇਣ, ਸਾਡੇ ਪੰਜਾਬੀ ਸਿਆਸਤਦਾਨਾਂ ਨੂੰ ਹੋਸ਼ ਕਰਨਾ ਪਵੇਗਾ। ਪਹਿਲਾਂ ਬੰਦ ਕੀਤੀ ਗਈ ਤੌਂਸਾ ਪਾਈਨਾ ਲਿੰਕ ਕੈਨਾਲ ਬੰਦ ਕਰਵਾ ਕੇ ਜਨੂਬੀ ਪੰਜਾਬ ਵਾਸਤੇ ਸਿਆਸੀ ਨਾਅਰੇ ਲਾਉਣ ਵਾਲੀ ਪੀਪਲਸ ਪਾਰਟੀ ਨੇ ਪਹਿਲਾਂ ਹੀ ਬਾਵਲਪੁਰ ਤੇ ਰਹੀਮ ਯਾਰ ਖਾਨ ਦੇ ਕਿਸਾਨਾਂ ਲਈ ਪਾਣੀ ਦੀ ਕਿੱਲਤ ਦਾ ਮਸਲਾ ਪੈਦਾ ਕਰ ਦਿੱਤਾ ਹੈ। ਹੁਣ ਪੀਪਲਸ ਪਾਰਟੀ ਚਸ਼ਮਾ ਜ਼ਿਲ੍ਹਾ ਲਿੰਕ ਕੈਨਾਲ ਵੀ ਬੰਦ ਕਰਵਾਉਣਾ ਚਾਹੁੰਦੀ ਹੈ ਤਾਂ ਕਿ ਉੱਥੋਂ ਦੇ ਕਿਸਾਨ ਵੀ ਪੂਰੀ ਤਰ੍ਹਾਂ ਪਾਣੀ ਹਾਸਲ ਨਾ ਕਰ ਸਕਣ। ਜੇ ਇਹ ਨਹਿਰਾਂ ਪੀਪਲਸ ਪਾਰਟੀ ਦੇ ਕਹਿਣ ਤੇ ਹੀ ਖੋਲ੍ਹਣੀਆਂ ਤੇ ਬੰਦ ਕਰਨੀਆਂ ਸਨ ਤੇ ਫਿਰ ਇਰਸਾ ਵਰਗੇ ਅਦਾਰੇ ਦੀ ਕੀ ਜ਼ਰੂਰਤ ਸੀ? ਪਾਣੀ ਦੀ ਮੁਨਸਫਾਨਾ ਤਕਸੀਮ ਪੰਜਾਬ ਦਾ ਹੱਕ ਹੈ ਤੇ ਇਹ ਹੱਕ ਅਸੀਂ ਕਿਸੇ ਵੀ ਸੂਰਤ ਖੋਣ ਨਹੀਂ ਦੇਵਾਂਗੇ। ਪੰਜਾਬੀਆਂ ਦਾ ਆਖਣਾ ਹੈ ਕਿ ਪੰਜਾਬ ਦੇ ਰਾਖੇ ਹੋਸ਼ ਫੜਨ ਤੇ ਪੰਜਾਬੀਆਂ ਦੇ ਹੱਕ ਦੀ ਗੱਲ ਕਰਨ, ਨਹੀਂ ਤੇ ਫਿਰ ਪੰਜਾਬ ਦੇ ਕਿਸਾਨਾਂ ਤੋਂ ਵੋਟਾਂ ਦੀ ਉਮੀਦ ਵੀ ਨਾ ਰੱਖਣ।